ਵੀ ਗੁਰਬਾਣੀ ਦੇ ਵਿੱਚ ਕਸਾਈ ਕਿਹਨੂੰ ਕਹੇ, ਕਸਾਈ ਕਿਹਨੂੰ ਕਹੇ ਬਾਣੀ 'ਚ ਬੋਲਿਓ। ਚਲੋ ਮੈਂ ਦੱਸ ਦਿਆਂ, ਤੁਹਾਨੂੰ ਨਹੀਂ ਪਤਾ ਆਮ ਤੌਰ ਦੇ ਉੱਤੇ ਕਸਾਈ ਕਿਹਨੂੰ ਕਿਹਾ ਜਾਂਦਾ, ਦੱਸ ਦਿਓ। ਚੱਲ ਜਿਹੜਾ ਆਪਣੀ ਰੋਜੀ ਰੋਟੀ ਵਾਸਤੇ ਮਾਸ ਵੇਚਦਾ ਉਹਨੂੰ ਕੀ ਕਹਿੰਦੇ ਨੇ, ਦੁਨੀਆ ਲੋਕਾਂ ਦੀ ਗੱਲ ਗੁਰਬਾਣੀ 'ਚ ਨਾ ਪੜੋ। ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਜਗਤ ਕਾਸਾ। ਭਾਵ ਜਿਹੜਾ ਕੋਈ ਵੀ ਮੱਥੇ ਟਿੱਕਾ, ਮੱਥੇ ਟਿੱਕਾ ਲਾ ਲਿਆ, ਤੇੜ ਗੇਰੂ ਰੰਗ ਦੀ ਕੋਈ ਧੋਤੀ ਬੰਨ ਲਈ, ਤੇੜ ਧੋਤੀ ਕਖਾਈ, ਹੱਥ ਵਿੱਚ ਛੁਰੀ, ਕਿਹੜੀ ਵਹਿਮਾਂ ਭਰਮਾਂ ਪਖੰਡਾ 'ਚ ਪਾ ਕੇ ਲੁੱਟਣਾ ਕਿਸੇ ਨੂੰ, ਵੀ ਜਿਹੜਾ ਕੋਈ ਧਾਰਮਿਕ ਭੇਖ ਬਣਾ ਕੇ ਲੋਕਾਂ ਨੂੰ ਲੁੱਟਦਾ, ਵਹਿਮਾਂ ਭਰਮਾਂ ਪਖੰਡਾਂ 'ਚ ਪਾ ਕੇ, ਵੀ ਰਾਹੂ ਆ ਗਿਆ, ਕੇਤੂ ਆ ਗਿਆ, ਸਰਸਤੀ ਆ ਗਈ, ਆਪਾਂ ਕਰ ਦਿਆਂਗੇ, ਇੱਦਾਂ ਹੋ ਗਿਆ, ਨਜ਼ਰ ਲੱਗ ਗਈ, ਭੂਤ ਪ੍ਰੇਤ ਹੋ ਗਿਆ ਤੁਹਾਨੂੰ, ਇਹੋ ਜਿਹੜਾ ਲੋਕਾਂ ਨੂੰ ਲੁੱਟਦਾ, ਕਹਿੰਦੇ ਕਸਾਈ ਹੈ। ਬੋਲੋ ਸਤਨਾਮ, ਵਾਹਿਗੁਰੂ। ਕਿਸੇ ਨੂੰ ਵਹਿਮਾਂ ਭਰਮਾਂ ਪਖੰਡਾਂ 'ਚ ਪਾ ਕੇ ਲੁੱਟਣਾ ਕਸਾਈਆਂ ਦਾ ਕੰਮ ਹੈ। ਸਾਨੂੰ ਖੋਖੇ ਵਾਲਾ ਦਿਸਦਾ ਗੱਲਾਂ, ਤਵੀਤ ਧਾਗਿਆਂ ਵਾਲੇ, ਲੁੱਟਣ ਵਾਲੇ, ਵਹਿਮਾਂ ਭਰਮਾਂ ਵਾਲੇ, ਇਹ ਸਾਰੇ ਕਸਾਈ ਹੈ। ਬਾਣੀ ਦਾ ਫੈਸਲਾ ਤਾਂ ਤੇ ਇੱਕ ਹੋਰ ਲੈ ਲਓ, ਕਿਤੇ ਗੁਰੂ ਬਾਬਾ ਜੀ ਕਹਿੰਦੇ ਕਲਕਾਤੀ ਰਾਜੇ ਕਾਸਾਈ ਧਰਮ ਪੰਥ ਕਰ, ਕਹਿੰਦੇ ਕਲਯੁਗੀ ਸੁਭਾਅ ਮੰਨੋ, ਛੁਰੀ ਹੈ ਕਾਤੀ, ਕਹਿੰਦੇ ਰਾਜੇ ਕਸਾਈ ਹੈ। ਸਮੇਂ ਦੇ ਹਾਕਮਾਂ ਨੂੰ ਸਾਨੂੰ ਖੋਖੇ ਵਾਲਾ ਕਸਾਈ ਦਿਸਦਾ, ਜਿਹੜਾ ਰੋਜੀ ਰੋਟੀ ਵਾਸਤੇ ਮਾਸ ਵੇਚਦਾ। ਸਾਨੂੰ ਵਿਧਾਨ ਸਭਾ ਪਾਰਲੀਮੈਂਟ ਦੇ ਦਫ਼ਤਰਾਂ 'ਚ ਬੈਠੇ ਕਸਾਈ ਨਹੀਂ ਦਿਸਦੇ, ਜਿਹਦੇ ਵਿਧਾਨ ਸਭਾ ਪਾਰਲੀਮੈਂਟ ਦੇ ਦਫ਼ਤਰਾਂ ਵਿੱਚ ਬੈਠੇ ਕਸਾਈ ਦਿਸਣ ਲੱਗ ਗਏ, ਉੱਤੇ ਬਦਲਾਅ ਆਜੂਗਾ। ਬੋਲੋ ਸਤਨਾਮ। ਸਪਸ਼ਟ ਬਿਆਨੀਆਂ ਬਾਣੀ ਦੀਆਂ, ਗੁਰਮਤਿ ਇਨਕਲਾਬ। ਪਾਰਲੀਮੈਂਟ 'ਚ ਬੈਠੇ ਕਸਾਈ ਨਹੀਂ ਦਿਸਦੇ, ਪਤਾ ਨਹੀਂ ਕਿੰਨਿਆਂ ਦੇ ਉੱਤੇ ਅਪਰਾਧ ਕੇਸ ਚੱਲਦੇ ਨੇ। ਵਿਧਾਨ ਸਭਾ 'ਚ ਬੈਠੇ ਕਸਾਈ ਨਹੀਂ ਦਿਸਦੇ, ਦਫ਼ਤਰਾਂ 'ਚ ਬੈਠੇ ਕਸਾਈ ਨਹੀਂ ਦਿਸਦੇ, ਮਿਲਾਵਟਖੋਰੀਆਂ ਕਰਨ ਵਾਲੇ, ਆ ਚਿੱਟਾ ਵੇਚਣ ਵਾਲੇ ਕਸਾਈ ਕਿੰਨੀ ਜਵਾਨੀ ਖਾ ਲਈ, ਦਿਸਦੇ ਨਹੀਂ, ਦਿਸਦੇ ਨਹੀਂ ਇਹ ਕਸਾਈ। ਫਿਰ ਨਾ ਭੁੱਲ ਜੋ, ਹਰ ਪਮਾਨ ਅਸੀਂ ਬਾਣੀ ਵਿੱਚੋਂ ਦਿੰਦੇ ਹਾਂ। ਮੈਂ ਬਾਣੀ ਦੀ ਕਥਾ ਕਰ ਰਿਹਾ, ਮੈਂ ਕਦੇ ਆਪਣੇ ਖਿਆਲ ਦੀ ਕਥਾ ਨਹੀਂ ਕੀਤੀ। ਹੁਣ ਇਹ ਹੋ ਗਿਆ, ਸਪਸ਼ਟ ਹੋ ਗਿਆ, ਸਮੇਂ ਦੇ ਹਾਕਮ ਕਸਾਈ, ਕਿਸੇ ਨੂੰ ਧਰਮ ਦੇ ਨਾਂ ਤੇ ਭਰਮ 'ਚ ਪਾ ਕੇ ਲੁੱਟਣ ਵਾਲਾ ਕਸਾਈ, ਤੇ ਜਿਹੜੇ ਜਾਣੀ ਕਿ ਕਹਿੰਦੇ ਨੇ ਰੋਜੀ ਰੋਟੀ ਵਾਲੇ ਮਾਸ ਵੇਚਣ ਵਾਲੇ ਮੂੰਹ ਤੇ ਪ੍ਰਸ਼ਨ ਬਾਣੀ ਵਿੱਚ ਕੁਐਸਚਨ ਮਾਰਕ ਪੜੋ। ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨ ਵਰ ਕਰ ਥਾਪੋ, ਕਾਕੋ ਕਹੋ ਕਸਾਈ। ਕਬੀਰ ਸਾਹਿਬ ਜੀ ਕਹਿੰਦੇ, ਕਹਿੰਦੇ ਗੱਲ ਸੁਣੋ, ਠੇਕੇਦਾਰ ਬਣਿਓ ਧਰਮ ਦੇ, ਕਹਿੰਦੇ ਤੁਸੀਂ ਜੀਵਾਂ ਦਾ ਵੱਧ ਕਰਕੇ ਜੀ ਵਧੋ ਸੋ ਧਰਮ ਕਰ ਥਾਪੋ, ਕਹਿੰਦੇ ਤੁਸੀਂ ਇਹਨੂੰ ਧਰਮ ਕਰਕੇ ਥਾਪ ਦਿਓ। ਜਦੋਂ ਬਲੀਆਂ ਦਿੰਦੇ ਨੇ ਨਾ, ਮੁਰਗੇ ਦੀ ਬਲੀ ਦੇ ਤੀ, ਝੋਟੇ ਦੀ ਬਲੀ ਦੇ ਤੀ, ਬੱਕਰੇ ਦੀ ਬਲੀ, ਇੱਥੋਂ ਤੱਕ ਇਹ ਨੀਚ ਲੋਕ ਬੱਚੇ ਤੱਕ ਦੀਆਂ ਬਲੀਆਂ ਦੇ ਦਿੰਦੇ ਆ। ਇਹ ਕੁਝ ਕਰਕੇ ਕੀ ਕਹਾਉਂਦੇ ਆ, ਕਹਿੰਦੇ ਅਸੀਂ ਧਰਮ ਦੇ ਆਗੂ, ਅਸੀਂ ਧਰਮ ਦੀ ਮਰਿਆਦਾ ਮੁਤਾਬਕ ਬਲੀ ਦਿੱਤੀ ਹੈ। ਫਿਰ ਪੜ੍ਹਿਓ, ਜੀ ਵਧੋ, ਜਿਹੜਾ ਤੁਸੀਂ ਜੀਆਂ ਦਾ ਵੱਧ ਕਰਦੇ ਹੋ ਬਲੀਆਂ ਦੇ ਨਾਂ ਤੇ ਪਖੰਡ ਦੀ ਗੱਲ, ਜੀ ਵਧੋ ਸੋ ਧਰਮ ਖਰ ਥਾਪੋ, ਇਹਨੂੰ ਤੁਸੀਂ ਧਰਮ ਕਰਕੇ ਥਾਪ ਦਿਓ। ਧਰਮ ਹੈ ਜੀ, ਤਾਂ ਇਹ ਧਰਮ ਹੈ ਜੀ, ਧਰਮ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਕਬੀਰ ਸਾਹਿਬ ਕਹਿੰਦੇ ਭਾਈ ਅਧਰਮ ਫਿਰ ਕਿਹਨੂੰ ਕਹਿੰਦੇ ਹੋ, ਧਰਮ ਦੇ ਨਾਂ ਤੇ ਪਖੰਡ ਕਰਦੇ ਹੋ। ਆਪਸ ਕਹੋ ਮੁਨ ਵਰ ਕਰ ਥਾਪੋ, ਤੁਸੀਂ ਆਪਣੇ ਆਪ ਨੂੰ ਧਰਮ ਦੇ ਮੁਖੀ ਕਰਕੇ ਥਾਪਦੇ ਹੋ। ਕਾਕੋ ਕਹੋ ਕਸਾਈ, ਉਹ ਕਸਾਈ ਕਿਹਨੂੰ ਕਹਿੰਦੇ ਹੋ, ਪ੍ਰਸ਼ਨ ਚਿੰਨ, ਭਾਵ ਕਿ ਆਪ ਤੁਸੀਂ ਧਰਮ ਦੇ ਨਾਂ ਤੇ ਜਾਨਵਰਾਂ ਦੀਆਂ ਬਲੀਆਂ ਦੇ ਕੇ ਪਖੰਡ ਕਰਦੇ ਹੋ। ਜੇ ਕੋਈ ਰੋਜੀ ਰੋਟੀ ਵਾਸਤੇ ਮਾਸ ਵੇਚਦਾ ਉਹਨੂੰ ਕਹਿੰਦੇ ਹੋ ਕਸਾਈ। ਬੋਲੋ ਸਤਨਾਮ। ਇੱਕ ਪ੍ਰਸ਼ਨ ਰੂਪ 'ਚ ਗੱਲ ਕਰਤੀ ਨਾ, ਵੀ ਕਾਕੋ ਕਹੋ ਕਸਾਈ, ਵੀ ਕਿਹਨੂੰ ਕਸਾਈ ਕਹਿੰਦੇ ਹੋ, ਜਿਹੜਾ ਰੋਜੀ ਰੋਟੀ ਵਾਸਤੇ ਮਾਸ ਵੇਚਦਾ ਉਹਨੂੰ ਕਹਿੰਦੇ ਉਹ ਕਸਾਈ, ਤੇ ਤੁਸੀਂ ਬਲੀਆਂ ਦੇਣ ਵਾਲੇ, ਉਹ ਤੁਸੀਂ ਪਖੰਡ ਕਰਨ ਵਾਲੇ। ਸੋ ਇਹ ਹੈ ਗੁਰਬਾਣੀ ਦਾ ਗਿਆਨ।